ਬਾਬਾ ਜੀ ਬੇਨਤੀ ਆ ਵੀ ਆਪਣੇ ਕਮਾਈ ਦੇ ਦਸਵਾਂ ਵਿੱਚੋਂ ਕੋਈ ਵੀ ਆਪਾਂ ਡੇਰੇ ਤੋਂ ਇਲਾਵਾ ਕਿਸੇ ਐਨ ਜੀ ਓ ਦੀ ਜਾਂ ਕਿਸੇ ਹੋਰ ਹੈਂਡੀਕੈਪਡ ਬੱਚੇ ਜਿੱਥੇ ਵੀ ਐਨ ਜੀ ਓ 'ਚ ਰੱਖੇ ਜਾਂਦੇ ਆ ਜਾਂ ਗਊਸ਼ਾਲਾ 'ਚ ਰੱਖੇ ਜਾਂਦੇ ਆ, ਅਸੀਂ ਨਿਸ਼ਕਾਮ ਭਾਵ ਦੇ ਨਾਲ ਕੋਈ ਵੀ ਸੇਵਾ ਕਰਦੇ ਹਾਂ, ਕੀ ਸਾਡਾ ਉਹ ਬੰਧਨ ਤਾਂ ਨਹੀਂ ਬਣਦਾ? ਨਹੀਂ, ਹਜ਼ੂਰ ਆਪਾਂ ਨੂੰ ਇਹੀ ਸਮਝਾਇਆ ਕਰਦੇ ਸੀ ਕਿ ਹੱਥ ਦੇਣਾ ਚਾਹੀਦਾ, ਲੈਣਾ ਨਹੀਂ ਚਾਹੀਦਾ। ਦੇਣ ਨੂੰ ਵਧੇ, ਲੈਣ ਨੂੰ ਨਾ ਅੱਗੇ ਹੋਵੇ। ਜਿੱਥੇ ਮਰਜ਼ੀ ਦਿਓ, ਪਰਖ ਨਹੀਂ ਕਰਨੀ ਕਿ ਇਹਦੇ 'ਚ ਫਾਇਦਾ ਨੁਕਸਾਨ ਕੀ ਹੈ, ਖੁਸ਼ੀ ਨਾਲ ਦਿਓ। ਬਾਬਾ ਜੀ, ਮੈਂ ਸ਼ੁਰੂ 'ਚ ਮੂਰਤੀ ਪੂਜਾ ਯਾਨੀ ਕਿ ਮਾਤਾ ਦੀ, ਬਾਬਾ ਜੀ ਦੀ ਸਾਰੀ ਭਗਤੀ ਕਰਦਾ ਸੀ, ਲੇਕਿਨ ਅੱਜ ਤੱਕ ਮੈਂ ਉਸ ਨੂੰ ਹਜੇ ਵੀ ਇਹ ਰੁਕ ਨਹੀਂ ਸਕਦਾ ਪਿਆ। ਬਾਬਾ ਜੀ, ਮੈਂ ਭਜਨ ਸਿਮਰਨ ਜਦੋਂ ਨਾਮ ਸ਼ਬਦ ਲੈ ਲਿਆ ਸੀ, ਬਹੁਤ ਆਪਦੀ ਕਰਦਾ ਰਹੇ, ਪਰ ਮੈਨੂੰ ਇਸ ਚੀਜ਼ ਤੋਂ ਹੈਰਾਨਗੀ ਹੈ ਕਿ ਮੈਂ ਅੱਜ ਤੱਕ ਵੀ ਉਸ 'ਤੇ ਅਮਲ ਕਰੀ ਬੈਠਾ। ਬੇਟਾ, ਹਰੇਕ ਚੀਜ਼ ਦਾ ਨਾ ਇੱਕ ਮਕਸਦ ਹੁੰਦਾ ਹੈ। ਆਪਾਂ ਕਈ ਵਾਰੀ ਗੱਲਾਂ 'ਚ ਕਹਿ ਦਿੰਦੇ ਹਾਂ ਜੀ ਆਹ ਨਹੀਂ ਠੀਕ, ਆਹ ਨਹੀਂ ਠੀਕ, ਐਂ ਕਰੋ, ਐਂ ਕਰੋ। ਹਰੇਕ ਚੀਜ਼ ਦਾ ਇੱਕ ਮਕਸਦ ਹੈ। ਹੁਣ ਤੁਸੀਂ ਉਹ ਕੰਮ ਮਕਸਦ ਸਮਝ ਕੇ ਕਰੋਗੇ, ਤੁਹਾਨੂੰ ਉਹਦੇ 'ਚੋਂ ਕੁਛ ਮਿਲੂਗਾ। ਬਗੈਰ ਮਕਸਦ ਆਪਾਂ ਐਵੇਂ ਮੱਥੇ ਟੇਕੀ ਜਾਵਾਂਗੇ, ਉਹਦੇ 'ਚ ਕੁਛ ਨਹੀਂ ਮਿਲਣ ਲੱਗਿਆ। ਜਦੋਂ ਆਪਾਂ ਕੋਈ ਵੀ ਮੂਰਤੀ ਬਣਾਉਂਦੇ ਹਾਂ ਬੇਟਾ, ਜਾਂ ਕਿਸੇ ਦੀ ਵੀ ਮੂਰਤੀ ਨੂੰ ਮੱਥਾ ਟੇਕਦੇ ਹਾਂ ਜਾਂ ਪੂਜਾ ਕਰਦੇ ਹਾਂ, ਮਕਸਦ ਕੀ ਹੈ? ਉਹ ਮੂਰਤੀ ਤਾਂ ਮਿੱਟੀ ਦੀ ਬਣੀ ਹੋਊਗੀ ਜਾਂ ਲੋਹੇ ਦੀ ਬਣੀ ਹੋਊਗੀ। ਹੁਣ ਆਪਾਂ ਲੋਹੇ ਦੀ ਜਾਂ ਮਿੱਟੀ ਦੀ ਭਗਤੀ ਨਹੀਂ ਕਰਦੇ, ਆਪਾਂ ਉਹਨਾਂ ਮਹਾਂਪੁਰਖਾਂ ਦੀ ਭਗਤੀ ਕਰਦੇ ਹਾਂ। ਮਹਾਂਪੁਰਖ ਕਿਵੇਂ ਬਣੇ? ਉਹ ਉਪਦੇਸ਼ ਦੇ ਕਰਕੇ, ਨਾ ਕਿ ਜਿਸਮ ਦੇ ਕਰਕੇ। ਸੋ ਆਪਾਂ ਆਪਣਾ ਧਿਆਨ ਉਸ ਉਪਦੇਸ਼ ਦੇ ਉੱਤੇ ਰੱਖਣਾ ਹੈ। ਜਦੋਂ ਆਪਾਂ ਜਿਸਮਾਂ 'ਤੇ ਆ ਜਾਂਦੇ ਹਾਂ ਤਾਂ ਮੂਰਤੀਆਂ 'ਤੇ ਆ ਜਾਂਦੇ ਹਾਂ, ਇਸੇ ਕਰਕੇ ਫਰਕ ਸਾਡੇ ਦਰਮਿਆਨ ਖੜ੍ਹੇ ਹੋ ਜਾਂਦੇ ਆ। ਬੇਟਾ, ਜੇ ਆਪਾਂ ਉਪਦੇਸ਼ ਨੂੰ ਦੇਖਿਆ ਹੁੰਦਾ ਤਾਂ ਆਪਾਂ ਕਦੇ ਮਜ਼ਹਬਾਂ ਵਿੱਚ ਵੀ ਨਹੀਂ ਵੰਡਣਾ ਸੀ ਆਪਣੇ ਆਪ ਨੂੰ। ਹੁਣ ਸਦਾ ਵਾਸਤੇ ਇੱਥੇ ਕੋਈ ਰਹਿ ਨਹੀਂ ਸਕਦਾ, ਰਹਿ ਸਕਿਆ ਕੋਈ ਹਾਲੇ ਤੱਕ? ਸਰੀਰ ਛੱਡ ਕੇ ਜਾਂਦੇ ਆ, ਆਪਾਂ ਇੱਕ ਬੁੱਤ ਜਾਂ ਮੂਰਤੀ ਬਣਾ ਕੇ ਆਪਾਂ ਉਹਦੀ ਭਗਤੀ ਕਰ ਲੈਂਦੇ ਹਾਂ। ਉਪਦੇਸ਼ ਕੀ ਸੀ ਉਹਨਾਂ ਦਾ? ਜੇ ਉਪਦੇਸ਼ ਦੇ ਉੱਤੇ ਪਾਲਣਾ ਨਹੀਂ ਕੀਤੀ, ਹੁਣ ਦੇਖੋ ਘਰ 'ਚ ਬੱਚਾ, ਤੁਸੀਂ ਇੰਨਾ ਉਹਨੂੰ ਪ੍ਰੇਮ ਕਰਦੇ ਹੋ, ਕੁਰਬਾਨੀਆਂ ਦਿੰਦੇ ਹੋ, ਉਹ ਤੁਹਾਡਾ ਕਹਿਣਾ ਨਹੀਂ ਮੰਨਦਾ, ਪਰ ਉਹਨੂੰ ਕਹੀ ਜਾਊਗਾ ਜੀ ਮੈਂ ਪਿਆਰ ਬਹੁਤ ਕਰਦਾ। ਤੁਸੀਂ ਇਹੀ ਕਹੋਗੇ ਕਿ ਭਾਈ ਤੇਰਾ ਕਿਹੋ ਜਿਹਾ ਪਿਆਰ ਹੈ? ਸੋ ਬੇਟਾ, ਧਿਆਨ ਆਪਣਾ ਉਪਦੇਸ਼ ਦੇ ਉੱਤੇ ਰੱਖੋ, ਜਿਸਮਾਂ ਦੇ ਉੱਤੇ ਨਹੀਂ, ਜਿਸਮਾਂ ਦੀਆਂ ਸ਼ਕਲਾਂ ਦੇ ਉੱਤੇ ਨਹੀਂ, ਉਪਦੇਸ਼ ਦੇ ਉੱਤੇ।